हेलो स्टूडेंट्स एंड वेलकम टू माय चैनल मीट सर मैं उम्मीद है कि सारे ठीक होंगे ਤੁਹਾਡੀ ਜਿਹੜੇ ਐਗਜ਼ਾਮ ਸਟਾਰਟ ਹੋਣ ਜਾ ਰਹੇ ਨੇ ਉਹਨਾਂ ਦੀ ਤੁਸੀਂ ਵਧੀਆ ਤਿਆਰੀ ਕਰਦੇ ਪਏ ਹੋਵੋਗੇ ਗੱਲ ਕਰ ਰਹੇ ਹਾਂ 9th ਕਲਾਸ ਦੇ ਜਿਹੜੇ ਐਗਜ਼ਾਮ ਸਟਾਰਟ ਹੋਣੇ ਨੇ ਉਹਨਾਂ ਦੇ ਵਿੱਚ ਜੋ ਪਹਿਲਾ ਮੈਥ ਦਾ ਪੇਪਰ ਹੈ ਉਸ ਦੇ ਲਈ ਇੱਕ ਸੈਂਪਲ ਪੇਪਰ ਥਰਡ ਸੈਂਪਲ ਪੇਪਰ ਅੱਜ ਆਪਾਂ ਕਰਾਂਗੇ ਸੋਲ ਇਸ ਤੋਂ ਪਹਿਲਾਂ ਦੋ ਸੈਂਪਲ ਪੇਪਰ ਆਪਾਂ ਸੋਲ ਕਰਕੇ ਪਾ ਦਿੱਤੇ ਆ ਉਹਦੇ ਵੀਡੀਓ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਥਰਡ ਸੈਂਪਲ ਪੇਪਰ ਕਰਦੇ ਆ ਸੋ ਆ ਜਾਂਦੇ ਆ ਕੁਐਸਚਨਸ ਤੇ ਇਹ ਪੰਜਾਬੀ ਮੀਡੀਅਮ ਦੇ ਵਿੱਚ ਆ ਪੇਪਰ ਤੇ ਬਾਅਦ ਵਿੱਚ ਇੰਗਲਿਸ਼ 'ਚ ਵੀ ਡਿਸਕਸ ਕਰਾਂਗੇ ਪੰਜਾਬੀ ਮੀਡੀਅਮ ਦੇ ਵਿੱਚ ਸੋਲ ਕਰਦੇ ਹਾਂ ਆ ਮੈਂ ਨਾਲ-ਨਾਲ ਇੰਗਲਿਸ਼ ਦੇ ਵਿੱਚ ਵੀ ਜਿਹੜਾ ਸੋਲੂਸ਼ਨ ਆ ਉਹ ਦੱਸ ਦਿਆਂਗਾ ਇੱਕ ਪਰਿਮੇਯ ਅਤੇ ਅਪਰਿਮੇਯ ਸੰਖਿਆ ਦਾ ਗੁਣਨਫਲ ਕੀ ਹੋਏਗਾ ਪਰਿਮੇਯ ਯਾਨੀ ਕਿ ਰੈਸ਼ੀਨਲ ਨੰਬਰ ਤੇ ਇੱਕ ਇਰੈਸ਼ੀਨਲ ਨੰਬਰ ਦਾ ਪ੍ਰੋਡਕਟ ਕਿਹਦੇ ਇਕੁਅਲ ਹੁੰਦਾ ਹੈ ਹਮੇਸ਼ਾ ਇਹ ਇਰੈਸ਼ੀਨਲ ਨੰਬਰ ਦੇ ਇਕੁਅਲ ਹੁੰਦਾ ਹੈ ਇਹ ਅਪਰਿਮੇਯ ਇਰੈਸ਼ੀਨਲ ਨੈਕਸਟ ਹੈ 16 ਦੀ ਪਾਵਰ 1/2 ਨੂੰ ਸੋਲਵ ਕਰਨਾ ਹੈ ਹਾਂਜੀ 16 ਜਿਹੜਾ ਹੁੰਦਾ ਹੈ ਉਹ 4 ਦੀ ਪਾਵਰ ਆ ਜਾਂ 4 4 ਤੋਂ ਬਣਦਾ ਹੈ ਦਾ ਮਤਲਬ 4 ਦੀ ਪਾਵਰ 2 ਹੋਗੀ वो दी पावर वन बाय टू आ कट्ट जाएगा फोर आंसर आ जाएगा नैक्सट है रेखी बहुपति घात कि होंगी है यानी कि लीनियर पोलीनोमीअल डिग्री या पावर कि वन होंगी है वाई तौरे तो पर स्थित कोई बिंदु का भुज वाई एक्सिस से पॉइंट है कोई भुज यानी कि वह अफसिस्सा कोई भी ज्यादा पॉइंट होंगे वाई एक्सिस से जीरो वाई टाइप का होंद भुज यानी कि अफसिसा जीरो होंद ਨੈਕਸਟ ਦਿੱਤੇ ਹੋਏ ਇੱਕ ਪੁਆਇੰਟ ਦੇ ਵਿੱਚੋਂ ਕਿੰਨੀਆਂ ਲਾਈਨਸ ਆ ਜਿਹੜੀਆਂ ਡਰਾ ਕੀਤੀਆਂ ਜਾ ਸਕਦੀਆਂ ਇਨਫਾਈਨਾਈਟ ਇੱਕ ਪੁਆਇੰਟ ਤੋਂ ਆਪਾਂ ਅਣਗਿਣਤ ਰੇਖਾਵਾਂ ਖਿੱਚ ਸਕਦੇ ਹਾਂ ਸੋ ਇਸ ਤਰ੍ਹਾਂ ਇੱਕ ਚਤਰਭੁਜ ਦੇ ਚਾਰ ਕੋਣਾਂ ਦਾ ਜੋੜ ਯਾਨੀ ਕਿ ਕੁਆਡਰિલેਟਰਲਸ ਦੇ ਐਂਗਲਸ ਦਾ ਸਮ ਹੁੰਦਾ ਹੈ 360 ਡਿਗਰੀ ਸਮ ਪੁਜ ਚਤਰਭੁਜ ਦੇ ਹਰੇਕ ਕੋਣ ਦਾ ਮਾਪ ਕਿੰਨਾ ਹੁੰਦਾ ਹੈ ਸਮ ਪੁਜ ਚਤਰਭੁਜ ਯਾਨੀ ਕਿ ਇਕਵੇਲੇਟਰਲ ਟ੍ਰਾਇੰਗਲ ਉਸ ਦਾ ਹਰੇਕ ਐਂਗਲ ਹੁੰਦਾ ਹੈ 60 ਡਿਗਰੀ ਅੱਗੇ ਇੱਕ ਸਮਾਂਤਰ ਚਤਰਭੁਜ ਯਾਨੀ ਕਿ ਇੱਕ ਪੈਰਲੋਗ੍ਰਾਮ ए बी सी डी और एंगल ए है सिक्सटी डिग्री तो सी कि होएगा ये ओपोजिट एंगल्स इक्वल होंगे तो वो भी सिक्सटी होएगा अगे अर्ध चक्कर का कौन यानी कि सैमी सर्कल का एंगल वह हमेशा सम कौन यानी कि राइट एंगल होंद नैक्सट किसी ट्रैंगल साइड्स ने आह तो उसका अर्ध परिमाप यानी कि एस कि होएगा ट्वेंटी ट्वेंटी फोर्टी तो टैन फिफ्टी फिफ्टी द हाफ ट्वेंटी फाइव हो जी ਅਗੇ ट्रायंगल ਦੀਆਂ ਸਾਈਡਸ a b c ਹੈ ਤਾਂ ट्रायंगल ਦਾ ਏਰੀਆ ਫਾਈਂਡ ਆਊਟ ਕਰਨ ਦਾ ਫਾਰਮੂਲਾ √s(s-a)(s-b)(s-c) ਹੁੰਦਾ ਹੈ a ਆਪਸ਼ਨ ਸਹੀ ਹੈ ਇਕੁਏਸ਼ਨ x 5 ਦਾ ਗ੍ਰਾਫ ਕਿਸ ਦੇ ਸਮੰਤਰ ਹੋਏਗਾ ਹਾਂਜੀ ਜੇ ਆਪਾਂ ਇਹਨੂੰ ਡਰਾ ਕਰੀਏ x ਐਕਸਿਸ ਪੋਜ਼ਿਟਿਵ ਨੈਗੇਟਿਵ y ਪੋਜ਼ਿਟਿਵ y ਨੈਗੇਟਿਵ x 5 ਇੱਥੇ 5 ਦੇ ਵਿੱਚੋਂ ਲੰਗੇਗੀ ਜਿਹੜੀ ਲਾਈਨ ਇਹ ਹੁੰਦੀ ਹੈ x 5 ਇਹ y ਧੁਰੇ ਦੇ ਸਮੰਤਰ ਹੈ y ਐਕਸਿਸ ਦੇ ਪੈਰਲ ਹੈ ਸਮਾਨਤਰ ਯਾਨੀ ਕਿ ਪੈਰਲਲ ਪੁੱਛਿਆ ਸੀ ਉਹਨੇ ਗੋਲੇ ਦੀ ਸਤ੍ਹਾ ਕੁੱਲ ਸਤ੍ਹਾ ਖੇਤਰਫਲ ਗੋਲਾ ਯਾਨੀ ਕਿ ਸਫੀਅਰ ਦੀ ਟੋਟਲ ਸਰਫੇਸ ਏਰੀਆ 4 ਪਾਈ r² ਹੁੰਦਾ ਹੈ ਸ਼ੰਕੂ ਦਾ ਆਇਤਨ ਯਾਨੀ ਕਿ ਵੋਲੀਅਮ ਆਫ ਕੋਨ ਵੋਲੀਅਮ ਆਫ ਕੋਨ ਹੁੰਦਾ ਹੈ 1/3 ਪਾਈ r² h ਅਗੇ ਕਲਾਸ ਇੰਟਰਵਲ ਦਿੱਤਾ ਹੋਇਆ ਉਸ ਦੀ ਲੋਅਰ ਲਿਮਿਟ ਲੋਅਰ ਲਿਮਿਟ ਹੇਠਲੀ ਸੀਮਾ 20 हेड ਦਿੱਤੇ ਕਿ ਸਵਰਗੰਤਰਾਲ ਵਿੱਚ ਸੰਖਿਆ 10 ਨੂੰ ਸ਼ਾਮਿਲ ਕੀਤਾ ਜਾਏਗਾ 10 ਇਨਚ ਕਿਦੇ ਵਿੱਚ ਇਨਕਲੂਡ ਹੋਏਗਾ 0 ਟੂ 10 ਦੇ ਵਿੱਚ ਨਹੀਂ ਹੋਏਗਾ ਇਹ 10 ਟੂ 20 ਚ ਹੋਏਗਾ ਕਿਉਂਕਿ ਜਿਹੜੀ ਆ ਹੁੰਦੀ ਹੈ ਦੇ ਵਿੱਚ 10 ਸ਼ਾਮਿਲ ਨਹੀਂ ਹੁੰਦਾ ਇਹ ਹੇਠਾਂ ਵਾਲਾ ਇਹ ਹੁੰਦੀਆਂ 0 ਤੋਂ ਲੈ ਕੇ 9 ਤੱਕ ਤੇ 10 ਇਹਦੇ ਵਿੱਚ ਆਊਗਾ ਇਟ ਮੀਨਸ ਨੈਕਸਟ ਹੈ ਸਹੀ ਗਲਤ ਟ्रू ਫਾਲਸ ਪਾਈ ਇੱਕ ਅਪ੍ਰਿਮੇ ਸੰਖਿਆ ਯਾਨੀ ਕਿ ਇਰੈਸ਼ਨਲ ਨੰਬਰ ਹੈ ਇਹ ਬਿਲਕੁਲ ਸਹੀ ਹੈ கரੈਕਟ ਹੈ ਟ्रू ਹੈ ਕਹਿੰਦਾ a+b ਦਾ ਸਕੁਅਰ a² b² 2ab ਹੁੰਦਾ ਹੈ ਇਹ ਵੀ ਟਰੂ ਹੈ ਨੈਕਸਟ 3rd ਕੁਆਡਰੈਂਟ ਦੇ ਵਿੱਚ ਕਹਿੰਦਾ ਕੋਈ ਪੁਆਇੰਟ ਦੇ ਕੋਆਰਡੀਨੇਟਸ ਹਮੇਸ਼ਾ ਦੋਨੋਂ ਪੋਜ਼ਿਟਿਵ ਹੁੰਦੇ ਆ ਨਹੀਂ ਇਹ ਗਲਤ ਹੈ 1st 'ਚ ਹੁੰਦੇ ਪੋਜ਼ਿਟਿਵ 3rd ਦੇ ਵਿੱਚ ਦੋਨੋਂ ਨੈਗੇਟਿਵ ਹੁੰਦੇ ਆ ਤਾਂ ਇਹ ਗਲਤ ਹੋ ਗਿਆ ਫਾਲਸ ਸਿੱਖ ਸੰਮੁਖ ਕੋਣ ਬਰਾਬਰ ਹੁੰਦੇ ਆ ਵਰਟੀਕਲੀ ਆਪੋਜ਼ਿਟ ਐਂਗਲਸ ਕਹਿੰਦਾ ਇਕੁਅਲ ਹੁੰਦੇ ਆ ਇਹ ਬਿਲਕੁਲ ਸਹੀ ਹੈ ਟਰੂ ਹੈ ਕਹਿੰਦਾ ਕਿਸੇ ਟਰਾਈਐਂਗਲ ਦੀਆਂ ਤਿੰਨ ਸਾਈਡਸ ਦੂਜੀ ਟਰਾਈਐਂਗਲ ਦੀਆਂ ਤਿੰਨ ਸਾਈਡਸ ਦੇ ਬਰਾਬਰ ਨੇ ਨਹੀਂ ਤਾਂ ਦੋਵੇਂ ਤ੍ਰਿਭੁਜਾਂ ਸਮਕੋਣ ਕਰਨ ਭੁਜਾ ਨਿਯਮ ਅਨੁਸਾਰ ਸਰਬੰਸਮ ਹੋਣਗੇ ਨਹੀਂ ਉਹ ਐਸ 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 ਦੇ ਥਰੂ ਸਰਬੰਸਮ ਆਹ ਦੀਆਂ ਤਿੰਨ ਭੁਜਾਵਾਂ ਦੂਜੇ ਤ੍ਰਿਭੁਜ ਦੀਆਂ ਤਿੰਨ ਭੁਜਾਵਾਂ ਦੇ ਬਰਾਬਰ ਨੇ ਐਸ 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 ਲੱਗੂਗੀ ਫਿਰ ਉਹ ਤਾਂ ਇਹ ਗਲਤ ਹੋ ਗਿਆ ਜੀ ਆਰ ਐਚ ਐਸ ਤਾਂ ਉਹਦੋਂ ਲੱਗਦੀ ਹੈ ਜਦੋਂ ਵਿੱਚ 90 ਦਾ ਕੋਣ ਹੋਵੇ ਸਮਾਂਤਰ ਚਤੁਰਭੁਜ ਦੇ ਸਨਮੁਕੋਣ ਬਰਾਬਰ ਹੁੰਦੇ ਹਨ ਸਮਾਂਤਰ ਚਤਰਕੁਜ ਪੈਰਲਲੋਗ੍ਰਾਮ ਦੇ ਕਹਿੰਦਾ opposit angles equal ਹੁੰਦੇ ਆ ਬਿਲਕੁਲ ਸਹੀ ਹੈ ਟ੍ਰੂ ਹੈ ਇੱਕ ਚੱਕਰ ਦਾ ਕੇਂਦਰ ਚੱਕਰ ਦੇ ਬਾਹਰ ਸਥਿਤ ਹੁੰਦਾ ਹੈ ਗਲਤ ਹੈ ਜੀ ਸਰਕਲ ਦਾ ਕਹਿੰਦਾ ਸੈਂਟਰ ਸਰਕਲ ਤੋਂ ਬਾਹਰ ਹੋਏਗਾ ਸਰਕਲ ਦਾ ਸੈਂਟਰ ਸਰਕਲ ਦੇ ਅੰਦਰ ਹੁੰਦਾ ਤਾਂ ਇਹ ਗਲਤ ਹੋ ਗਿਆ ਫਾਲਸ ਅਗੇ 3rd ਅਫੀਲਪਸ 0.101001000 ਇਕ ਅ ਇੱਕ ਅਸ਼ਾਂਤ ਅਸ਼ਾਂਤ ਅਣ ਆਵਰਤੀ ਦਿਸ਼ਨ ਨੂੰ ਪਸਾ ਰਹੇ ਤੇ ਇਸ ਤਰ੍ਹਾਂ ਦੀ ਇੱਕ ਅਪ੍ਰਿਮੇ ਸੰਖਿਆ ਹੁੰਦੀ ਹੈ ਇਰੈਸ਼ਨਲ ਨੰਬਰ ਹੁੰਦਾ ਹੈ ਅਸ਼ਾਂਤ ਅਨਾਵਰਤੀ ਨੂੰ ਲਿਖਾਂਗੇ ਆਪਾਂ ਨੋਨ ਟਰਮੀਨੇਟਿੰਗ ਨੋਨ ਟਰਮੀਨੇਟਿੰਗ ਨੋਨ ਰਿਪੀਟਿੰਗ ਆ ਲਿਖਦੇ ਹੁੰਦੇ ਆ ਅਗੇ x y x y ਇਹ ਫਾਰਮੂਲਾ ਹੁੰਦਾ ਹੈ x² y² ਪੂਰਨ ਆਪਣੇ ਭਾਗ ਤੋਂ वड्डा होंदड़ है यानी कि कंप्लीट है जोड़ा वह अपने पार्ट तो ग्रेटर है। नैक्सट सम चतुरभुज यानी कि रोमबस देपोजिट एंगल्स इक्वल होंगे बराबर चक्री चतुर्भुज साम मुकोन का जोड़ एक सौ अस्सी डिग्री होंद् चक्र चतुभुज यानी कि साइक्लीटल के ओपोजिट एंगल समय वन एटी डिग्री हूँ ਇੱਕ ਚਲ ਵਿੱਚ ਰੇਖੀ ਸਮੀਕਰਨ ਦੇ ਡੈਸ਼ ਹੱਲ ਹੋ ਸਕਦੇ ਹਨ ਇੱਕ ਚਲ ਚ ਰੇਖੀ ਸਮੀਕਰਨ ਦਾ ਇੱਕ ਹੱਲ ਹੋ ਸਕਦਾ ਵਨ ਸੋਲੂਸ਼ਨ ਗੋਲੇ ਦੀ ਵਕਰ ਸਤਹ ਦਾ ਖੇਤਰਫਲ ਗੋਲਾ ਯਾਨੀ ਸਫੀਅਰ ਦੀ ਕਾਉਡ ਸਰਫੇਸ ਏਰੀਆ ਚਾਹੇ ਟੋਟਲ ਹੋਵੇ ਚਾਹੇ ਕਾਉਡ 4 ਪਾਈ r² ਹੀ ਹੁੰਦਾ ਹੈ ਗੋਲੇ ਦਾ ਤਾਂ ਸਫੀਅਰ ਦਾ ਅੱਗੇ 2 2 ਨੰਬਰ ਵਾਲੇ ਕੁਐਸਚਨਸ ਆ ਗਏ ਇਹਨੂੰ ਸੋਲਵ ਕਰਨਾ ਹੈ ਇਹਦੇ ਤੇ a+b a-b ਦਾ ਫਾਰਮੂਲਾ ਲੱਗ ਜਾਏਗਾ ਜੋ ਕਿ ਹੁੰਦਾ a^2 b^2 ਸੋ √11 ਦਾ ਸਕੁਅਰ √7 ਦਾ ਸਕੁਅਰ ਇਹਦੇ ਨਾਲ ਆ ਕੱਟਿਆ ਜਾਏਗਾ ਸਕੁਅਰ ਦੇ ਨਾਲ ਆ ਸਕੁਅਰ ਨਾਲ ਆ ਕੱਟਿਆ ਜਾਏਗਾ 11 7 4 ਆਨਸਰ ਆ ਜਾਏਗਾ ਅੱਗੇ aoc plus boe aoc ਤੇ boe ਇਹਨਾਂ ਦੋਨਾਂ ਦਾ ਜੋੜ ਦਿੱਤਾ ਹੋਇਆ 70 bod ਹੈ 40 ਡਿਗਰੀ ਤਾਂ b o e ਪਤਾ ਲਗਾਣਾ ਹਾਂਜੀ ਇਹ ਕੀਤਾ ਵੀ ਸੀ ਇੱਕ ਸੈਂਪਲ ਪੇਪਰ ਦੇ ਵਿੱਚ ਆਪਾਂ ਸੋਲਵ ਕੀਤਾ ਹੋਇਆ ਆਲਰੇਡੀ ਸੋ ਪਿਛਲੇ ਜਿਹੜੇ ਦੋ ਸੈਂਪਲ ਪੇਪਰ ਆ ਉਹਨਾਂ ਦੇ ਵਿੱਚੋਂ ਇੱਕ ਦੇ ਵਿੱਚ ਇਹ ਸੋਲਵ ਕੀਤਾ ਹੋਇਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਉਹ ਵੀਡੀਓਜ਼ ਵੀ ਜ਼ਰੂਰ ਦੇਖ ਲੈਣੀਆਂ ਨੇ ਅੱਗੇ ਸਿੱਧ ਕਰੋ ਕਿ ਵਰਗ ਦੇ ਵਿਕਰਣ ਬਰਾਬਰ ਹੁੰਦੇ ਹਨ ਸ਼ੋ ਕਰਨਾ ਹੈ ਕਿ ਸਕੁਅਰ ਦੇ ਜਿਹੜੇ ਡਾਇਗਨਲਸ ਨੇ ਉਹ ਇਕੁਅਲ ਹੁੰਦੇ ਆ ਹਾਂਜੀ ਦੇਖਦੇ ਹਾਂ ਸਕਅ ए बी सी डी ਸ਼ੋ ਕਰਨਾ ਹੈ ਕਿ ए सी इक्वल टू बी डी ਇਹ ਸ਼ੋ ਕਰਨਾ ਹੈ ਆਪਾਂ ਹਾਂਜੀ ਆਂਗਲ 90 ਹੁੰਦਾ ਹੈ ਇਹਦੇ ਵਿੱਚ ਆਂਗਲ 90 ਹੁੰਦਾ ਹੈ ਕੀ ਕਰਦੇ ਆਪਾਂ ए बी डी ਤ੍ਰਿਭੁਜ ए बी डी ਅਤੇ ਤ੍ਰਿਭੁਜ ए बी सी ਵਿੱਚ ਯਾਨੀ ਕਿ n ट्रायंगल abd ਐਂਡ ट्रायंगल abc ਇਹਨਾਂ ਨੂੰ ਕਰਦੇ ਹਾਂ ਸਰਬੰਗ ਸੰਸਿਧ ਕੰਗਰੂਐਂਟ ਹਾਂਜੀ ਸੋ ਇਹਦੇ ਵਿੱਚੋਂ ad ਉਹਦੇ ਵਿੱਚੋਂ ਇਹਦੇ ਵਿੱਚੋਂ ab ਉਹਦੇ ਵਿੱਚੋਂ ਵੀ ab ਸਾਂਝੀ ਭੁਜਾ ਕੋਮਨ ਸਾਈਡ ਇਹ ਕੀ ਹੋ ਗਿਆ ਏਬੀ ਏਬੀ ਕਾਮਨ ਹੋ ਗਈ ਉਸ ਤੋਂ ਬਾਅਦ ਇਧਰੋਂ ਏਡੀ ਇਕੁਐਲਟੀ ਉਧਰੋਂ ਬੀਸੀ ਇਹ ਵੀ ਇਕੁਅਲ ਹੋਣ ਗਿਆ ਵਰਗ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ ਤੇ ਇਧਰੋਂ ਐਂਗਲ ਏ ਆ ਏਡੀ ਸੀਗਾ ਐਂਗਲ ਏ ਇਕੁਅਲ ਟੂ ਐਂਗਲ ਬੀ 90 ਡਿਗਰੀ ਵਰਗ ਦਾ ਹਰੇਕ ਕੋਣ 90 ਡਿਗਰੀ ਹੁੰਦਾ ਸੋ ਸਾਈਡ ਐਂਗਲ ਸਾਈਡ ਦੇ ਥਰੂ ਵਿਚ ਇੰਪਲਾਈਜ਼ ਇਟ ਟ੍ਰਾਇੰਗਲ ਏ ਬੀ ਡੀ ਕੋਂਗਰੂਐਂਟ ਹੋ ਗਈ ਟ੍ਰਾਇੰਗਲ ਏ ਬੀ ਸੀ ਦੇ ਐਸ ਏ ਐਸ ਦੇ ਥਰੂ ਤਾਂ ਉੱਥੋਂ ਕਿਉਂਕਿ ਦੋ ਤ੍ਰਿਭੁਜਾਂ ਸਰਬੰਗ ਸਾਹਮਣੇ ਤਾਂ ਉਹਨਾਂ ਦੇ ਸੰਗਤ ਭਾਗ ਬਰਾਬਰ ਹੁੰਦੇ ਆ ਸੀ ਪੀ ਸੀ ਟੀ ਦੇ ਨਾਲ ਏ ਸੀ ਇਜ਼ ਇਕੁਅਲ ਟੂ ਬੀ ਡੀ ਆ ਜਾਏਗਾ ਇਹ ਚੋਂ ਏ ਸੀ ਤੇ ਉਧਰੋਂ ਬੀ ਡੀ ਆਪਣਾ ਬੀ ਡੀ =ac cpc t राही cpc t राही ਤਾਂ ਇਹ ਹੋ ਗਿਆ ਆਪਣਾ ਸਿੱਧ ਬਰਾਬਰ ਹੋ ਗਿਆ ਹਾਂਜੀ ਇੱਕ ਗੋਲੇ ਦਾ ਆਇਤਨ ਪਤਾ ਕਰਨਾ volume ਪਤਾ ਕਰਨਾ ਹੈ sphere ਦਾ ਅਰਧ ਵਿਆਸ r ਦਿੱਤਾ ਹੋਇਆ r 7 cm volume ਯਾਨੀ ਕਿ ਆਇਤਨ 4/3 πr ਦੀ 3 4/3 22/7 7 7 7 ਆ 7 ਕੱਟਿਆ ਗਿਆ ਇੱਕ ਬਸ ਫਿਰ ਇਹਨਾਂ ਦੀ ਗੁਣਾ ਕਰਕੇ 3 ਨਾਲ ਡਿਵਾਈਡ ਕਰ ਦਿੰਨੇ ਆ ਹਾਂਜੀ ਇਹ ਆ ਜਾਏਗਾ 4312/3 ਫਿਰ ਡਿਵਾਈਡ ਕਰ ਦਿੰਨੇ ਆ ਇਹਨੂੰ ਆਪਾਂ ਅੱਗੋਂ 3 ਦੇ ਨਾਲ ਤਾਂ ਇਹ ਆ ਜਾਏਗਾ 1437.3 ਸੈਂਟੀਮੀਟਰ ਕਯੂ ਸੋ ਅੱਗੇ ਆਗੇ ਆਪਾਂ ਚਾਰ ਚਾਰ ਵਾਲੇ ਨੰਬਰ ਵਾਲੇ ਕੁਐਸਚਨਸ ਤੇ ਪਹਿਲਾ ਹੈ ਐਕਸ ਵਾਈ ਦੇ ਵਿੱਚ ਐਕਸ ਤੇ ਵਾਈ ਨੂੰ ਕੀ ਕਿਹਾ ਜਾਂਦਾ ਹੈ ਇਹਨੂੰ ਭੁਜ ਕਹਿੰਦੇ ਇਹਨੂੰ ਕੋਟੀ ਕਹਿੰਦੇ ਆ ਐਕਸ ਨੂੰ ਬੋਲਦੇ ਆ ਭੁਜ ਵਾਈ ਨੂੰ ਬੋਲਦੇ ਆ ਕੋਟੀ ਭੁਜ ਯਾਨੀ ਕਿ ਐਬਸਿਸ ਤੇ ਕੋਟੀ ਨੂੰ ਬੋਲਦੇ ਆ ਆਰਡੀਨੇਟ ਅਗੇ ਆ ਪੁਆਇੰਟ ਕਹਿੰਦਾ ਇਸ ਦਾ ਭੁਜ ਕਿਹੜਾ ਹੈ ਭੁਜ ਯਾਨੀ ਕਿ ਐਬਸਿਸਸ ਐਕਸ ਵਾਲੇ ਨੂੰ ਬੋਲਦੇ ਹੁੰਦੇ ਆ ਸੋ ਮਾਈਨਸ 3 ਅਨਸਰ ਆ ਜਾਊਗਾ ਕਾਰਟੀਜ਼ਨ ਪਲੇਨ ਦੇ ਵਿੱਚ ਉਸ ਪੁਆਇੰਟ ਨੂੰ ਕੀ ਕਹਿੰਦੇ ਜਿੱਥੇ ਦੋਨੇ ਰੇਖਾਵਾਂ ਕੱਟਦੀਆਂ ਨੇ ਹਾਂਜੀ ਉਹਨੂੰ ਬੋਲਦੇ ਆ ਮੂਲ ਬਿੰਦੂ ਮੂਲ ਬਿੰਦੂ ਯਾਨੀ ਕਿ origin 5 0 ਕਿਸ ਐਕਸਿਸ ਤੇ ਹੈ ਐਕਸ ਵਾਲਾ ਹਿੱਸਾ ਹੈਗਾ ਉਹਦਾ ਵਾਈ ਵਾਲਾ 0 ਆ ਤਾਂ ਇਹ ਐਕਸ ਧੁਰੇ ਤੇ ਹੈ ਐਕਸ ਧੁਰਾ x ਐਕਸਿਸ ਸੋ ਇਹ ਆਨਸਰ ਹੋ ਗਿਆ ਆਪਣਾ ਕੰਪਲੀਟ ਹਾਂਜੀ ਆਉਂਨੇ ਆ ਇਸ ਕੁਐਸਚਨ ਤੇ 2 ਤੇ 1 ਇਹਦੇ ਵਿੱਚ ਭਰ ਕੇ ਆਪਾਂ k ਦੀ ਵੈਲਿਊ ਕੱਢਣੀ ਆ x ਜਗ੍ਹਾ ਤੇ 2 y ਦੀ ਜਗ੍ਹਾ ਤੇ 2 1 k ਤਾਂ 2 2 1 2 k k ਆ ਜਾਊਗਾ 4 ਇਹ ਆਪਣਾ ਆਨਸਰ ਆ ਗਿਆ ਇਸ ਕੁਐਸਚਨ ਦਾ じゃあ ਫਿਰ 5 2x ਨੂੰ ax plus by c ਦੇ ਰੂਪ ਵਿੱਚ ਦਰਸਾਓ ਅਤੇ abc ਦੇ ਵੈਲਿਊਜ਼ ਪਤਾ ਕਰਨਿਆਂ ਨੇ ਤੇ ਇਹਦੇ ਕਿੰਨੇ ਹੱਲ ਹਨ 5 2x ਇਹਨੂੰ ਆਪਾਂ ਲਿਖ ਸਕਦੇ ਹਾਂ 2x 5 0 ਇਹ ਚ y ਵਾਲਾ ਹਿੱਸਾ ਹੈ ਨਹੀਂ ਤਾਂ ਇਹ ਹੋ ਗਿਆ 2x 0y 5 0 ਤਾਂ ਇਹ ਹੋ ਗਿਆ ax plus by c ਦਾ ਰੂਪ ਇਹਦੇ ਵਿੱਚੋਂ a ਆ ਗਿਆ ਆਪਣਾ 2 b ਆ ਜਾਊਗਾ 0 ਤੇ ਸੀ ਆ ਜਾਊਗਾ ਮਾਈਨਸ 5 ਤਾਂ ਇਹਦੇ ਕਿੰਨੇ ਹੱਲ ਹੋ ਸਕਦੇ ਹਨ ਜੀ ਇਸ ਸਮੀਕਰਨ ਦੇ ਤਾਂ ਦੇਖੋ 2x 5 x 5 2 ਇਹਦਾ ਇੱਕੋ ਹੱਲ ਹੈ ਇੱਕ ਹੱਲ ਲਿਖ ਸਕਦੇ ਹਾਂ ਫਿਰ ਇੱਕ ਹੱਲ 1 ਸੋਲੂਸ਼ਨ ਨੈਕਸਟ 10th ABC ਇੱਕ ਸਮਦੋਪੁਜਿਤ ਤ੍ਰਿਭੁਜ ਹੈ ਜਿਸ ਵਿੱਚ AB AC ਹੈ ABC AB AC ਹੈ AP ਜਿਹੜਾ ਉਹ ਪਰਪੈਂਡੀਕੂਲਰ ਹੈ BC ਦੇ ਉੱਤੇ ਤਾਂ ਸ਼ੋ ਕਰਨਾ ਹੈ ਕਿ BC C equal ਨੇ ਆ ਸਿੱਧ ਕਰਨਾ ਟੂ ਸ਼ੋ ਐਂਗਲ B ਐਂਗਲ C A, B ਸਿੱਧਾ ਕਰਨਾ ਪ੍ਰੂਫ ਯਾਨੀ ਕਿ ਸਬੂਤ ਕੀ ਕਰਦੇ ਆ ਆਹ ਲੀ ਟ੍ਰਾਇੰਗਲ ਤੇ ਆਹ ਲੀ ਟ੍ਰਾਇੰਗਲ ਲੈ ਕੇ ਤ੍ਰਿਭੁਜ A PB ਅਤੇ ਤ੍ਰਿਭੁਜ APC ਵਿੱਚ इन ट्राइंगल ए पी बी एंड ट्राइंगल ए पी सी हाँ जी एक ते दो एंगल वन इज इक्वल टू एंगल टू नाइंटी डिग्री ए पी ए पी सांझी सांझी यानी कि कॉमन तो ए बी इज इक्व टू ए सी ab ac ਤੇ ਇਹ गिवन ਦਿੱਤਾ ਹੈ ਸੋ ਤਿੰਨ ਚੀਜ਼ਾਂ ਬਰਾਬਰ ਹੋ ਗਈਆਂ ਵਿੱਚ ਇੰਪਲਾਈਜ਼ ट्रायंगल apb ਕੰਗਰੂਐਂਟ ਟੂ ट्रायंगल apc ਕਾਦੇ ਨਹੀਂ 90 ਡਿਗਰੀ ਹੈ ਇੱਕ ਐਂਗਲ ਇੱਕ ਰਾਈਟ ਐਂਗਲ ਹੈ ਇੱਕ ਹਾਈਪੋਟੈਨਿਊਸ ਹੈ ਇੱਕ ਸਾਈਡ ਹੈ ਸੋ ਇੱਥੋਂ ਵਿੱਚ ਇੰਪਲਾਈਜ਼ ਐਂਗਲ b ਐਂਗਲ c CPCCT ਰਾਹੀਂ by CPCCT ਸੋ ਇਹ ਹੋ ਗਿਆ ਕੁਐਸਚਨ ਕੰਪਲੀਟ ਹਾਂਜੀ ਅੱਗੇ ਜਾ ਟ੍ਰਾਇੰਗਲ ABC ਆ ਦਿੱਤੀਆਂ ਹੋਈਆਂ ਨੇ ਸਮਦੋਭੁਜੀ ਤ੍ਰਿਭੁਜਾ ਨੇ ਸ਼ੋ ਕਰਨਾ ਹੈ ਕਿ ਐਂਗਲ ABD ਜਿਹੜਾ ਉਹ ACD ਦੇ ਇਕੁਅਲ ਹੈ ਹਾਂਜੀ ਇਹਨੂੰ 1 2 3 4 ਹਾਂਜੀ ਪਹਿਲਾਂ AB AC ਹੈ ਇਸ ਲਈ which implies ਐਂਗਲ 1 ਐਂਗਲ 2 ਪਿਛੇ ਰੀਜ਼ਨ ਹੋ ਜਾਊਗਾ angles opposite to equal sides of a triangle are equal त्रिभुज ਵਿੱਚ त्रिभुज ਵਿੱਚ ਸਮਾਨ ਕੁਝ ਆਮ ਦੇ ਸੰਮੁਖ ਕੋਣ ਸਮਾਨ ਹੁੰਦੇ ਹਨ ਇਹਦੇ ਅੰਗੇ ਨੰਬਰ 1 ਅਤੇ ਇਧਰੋਂ bीडी ਤੇ ਡੀਬੀ ਡੀਸੀ ਇਸ ਲਈ ਸੋ ਐਂਗਲ 3 ਐਂਗਲ 4 ਨੰਬਰ 2 ਇਸ ਦਾ ਸੇਮ ਰੀਜ਼ਨ ਆ 1 2 1 ਤੇ 2 ਨੂੰ ਜੋੜਨਾ ਐਂਗਲ 1 ਤੇ ਐਂਗਲ 3 ਇੱਕ ਪਾਸੇ ਨੇ ਵਾਪਸ ਜੁੜ ਜਾਣਗੇ ਐਂਗਲ 2 ਤੇ 4 ਦੂਜੇ ਪਾਸੇ ਨੇ ਵਾਪਸ ਜੁੜ ਜਾਣਗੇ 1 ਤੇ 3 ਤੋਂ ਬਣ ਗਿਆ ਐਂਗਲ ABD 2 ਤੇ 4 ਤੋਂ ਬਣ ਗਿਆ ਐਂਗਲ ACD ਸੋ ਇਹ ਬਰਾਬਰ ਹੋਗੇ ਸਿੱਧ ਹੋ ਗਿਆ ਫਿਰ ਅੱਗੇ 11th ਕੁਐਸਚਨ ਹੈ ਆ 30 ਹੈ 60 ਹੈ ਤੇ एडीसी ਪਤਾ ਕਰਨਾ ਹੈ ਐਂਗਲ ए ओ सी ਕੱਢਦੇ ਹਾਂ ਪਹਿਲਾਂ ਤਾਂ ਐਂਗਲ ए ओ सी 60° 30° 90° ਹੁਣ ਐਂਗਲ ए ओ सी ਹੈ ਜਿਹੜਾ ਉਹ ਡਬਲ ਐਂਗਲ ए डी सी ਹੋਏਗਾ ਇਹਦਾ ਰੀਜ਼ਨ ਹੁੰਦਾ ਜਿਹੜੀ ਥਿਊਰਮ ਆ ਚਾਪ ਦੁਆਰਾ ਕੇਂਦਰ ਤੇ ਬਣਿਆ ਕੋਣ ਚੱਕਰ ਦੇ ਕਿਸੇ ਚੱਕਰ ਦੇ ਬਾਕੀ ਭਾਗ ਤੇ ਸਥਿਤ ਕਿਸੇ ਬਿੰਦੂ ਤੇ ਬਣੇ ਕੋਣ ਦਾ ਦੁੱਗਣਾ ਹੁੰਦਾ ਹੈ ਐਂਗਲ ਸਬਟੈਂਡਡ ਬਾਏ एनआर ਕੈਟ ਦਾ ਸੈਂਟਰ ਇਜ਼ ਡਬਲ ਦਾ ਐਂਗਲ ਸਬਟੈਂਡਡ ਬਾਏ ਇਟ ਐਟ ਐਨੀ ਪੁਆਇੰਟ ਓਨ ਦਾ ਰਿਮੇਨਿੰਗ ਪਾਰਟ ਆਫ ਦਾ ਸਰਕਲ ਸੋ ਇਹ ਉੱਥੇ ਰੀਜ਼ਨ ਤੁਸੀਂ ਲਿਖ ਦੇਣਾ ਹੈ ਤਾਂ AOC ਆਪਣੇ ਕੋਲ 90 ਡਿਗਰੀ ਹੈਗਾ ਡਬਲ ਐਂਗਲ ADC ਆ ਦੋ ਇਧਰ ਆ ਕੇ ਡਿਵਾਈਡ ਕਰੂਗਾ ਜਾਂ ਇੱਥੋਂ ਹੀ ਕਟਿੰਗ ਕਰ ਦਿਓ 45 ਡਿਗਰੀ ਤਾਂ ਐਂਗਲ ADC 45 ਡਿਗਰੀ ਇਹ ਅਨਸਰ ਆ ਚੁਗਾ ਇਹਦਾ ਹਾਂਜੀ ਅੱਗੇ ਇੱਕ ਤ੍ਰਿਭੁਜਾਕਾਰ ਜ਼ਮੀਨ ਦੇ ਟੁਕੜੇ ਦਾ ਖੇਤਰਫਲ ਪਤਾ ਕਰਨਾ ਏਰੀਆ ਪਤਾ ਕਰਨਾ ਉਸ ਦੀਆਂ ਸਾਈਡਸ ਹੈਗੀਆਂ ਨੇ ਸੋ ਪਹਿਲਾਂ ਇਹ ਸ ਕੱਢਦੇ ਹਾਂ a प्लस, b प्लस, c 2 ਇਹਨੂੰ a ਲੈ ਲਓ ਇਹਨੂੰ b ਇਹਨੂੰ c ਤੇ ਆ ਜਾਊਗਾ 8 11 13 2 11 ਤੇ 8 19 ਤੇ 10 29 30 31 32 32 2 16 ਮੀਟਰ ਆ ਗਿਆ ਆਪਣੇ ਕੋਲ तो इस तो बाद खेत्रफल एरिया रूट एस एस माइनस ए एस माइनस बी एस माइनस सी रूट एस है सोलह सोलह माइनस अठ सोलह माइनस ग्यारह सोलह माइनस तेरह सोलह चौठ कठ ਫੇਰ 5 ਫੇਰ 3 16 ਨੂੰ ਸਪਲੀਟ ਕਰਦੇ ਆਪਾਂ 4 4 ਚ 8 ਨੂੰ 2 2 2 5 3 4 ਤੇ 2 4 ਤੇ 2 ਬਾਹਰ ਆ ਰਿਹਾਗੇ ਅੰਦਰ 30 8 ਵਰਗਮੂਲ 30 ਮੀਟਰ ਸਕੇਅਰ ਅਨਸਰ ਆ ਜੇ ਜੇ ਦੇ ਨਾਲ ਜਿਹੜਾ ਔਰਚ ਕੁਸਚਨ ਹੈ 삼포 ਜੀ ਤ੍ਰਿਭੁਜੀ ਯਾਨੀ ਕਿ ਆਪਣੇ ਕੋਲ ਹੈ ਇਕੁਲੇਟਰਲ ਟ੍ਰਾਇੰਗਲ ਉਸ ਦਾ ایرিয়া ਫਾਈਂਡ ਆਊਟ ਕਰਨਾ ਹੈ ਤੇ ਹਰ ਇੱਕ ਸਾਈਡ ਹੈ 10 ਤਾਂ a ਵੀ 10 b ਵੀ 10 ਸੈਂਟੀਮੀਟਰ ਤੇ c ਵੀ 10 ਸੈਂਟੀਮੀਟਰ s ਕਰਦੇ ਹਾਂ a b c 2 ਇਹ 30 ਬਣ ਜਾਏਗਾ 30 2 ਕਟਿੰਗ ਕਰਕੇ 15 ਸੈਂਟੀਮੀਟਰ ਦਾ ਏਰੀਆ ਖੇਤਰਫਲ ਹਾਂਜੀ ਫਾਰਮੂਲਾ ਦੱਸੇ ਹੋਇਆ ਤੁਹਾਨੂੰ ਪਿਛਲੇ ਜੋ ਕੁਐਸਚਨਸ ਲਗਾਇਆ ਸੋ ਐਸ ਐਸ ਮਾਈਨਸ ਏ ਤਿੰਨੋ ਵਾਰ 15 ਮਾਈਨਸ 10 ਹੀ ਆ ਜਾਣਾ ਸੋ 15 ਹਰ ਵਾਰ 5 5 5 ਆ ਜਿਹੜਾ 15 ਐ ਨੂੰ ਵੀ 3 ਗੁਣਾ 5 ਚ ਤੋੜ ਦਿੰਨੇ ਆ 5 5 5 ਤਿੰਨ ਵਾਰ ਤਾਂ ਹੈ ਗਈ ਆਪਣੇ ਕੋਲ ਪਹਿਲਾਂ ਹੀ ਸੋ 1 ਕਹਾ 1 ਕਹਾ 5 5 √3 25 √3 m² ਇਹ ਅਨਸਰ ਆ ਜਾਊਗਾ ਹਾਂਜੀ ਅੱਗੇ ਸਰਕਸ ਦਾ ਇੱਕ ਮੋਟਰਸਾਈਕਲ ਸਵਾਰ ਇਹਦੇ ਵਿੱਚ ਸਫੀਅਰ ਦੇ ਵਿੱਚ ਕਰਤਬ ਦਿਖਾਉਂਦਾ ਹੈ ਤੇ ਇਸ ਦਾ ਵਿਆਸ ਡਾਇਮੀਟਰ ਦਿੱਤਾ ਹੋਇਆ 7 ਮੀਟਰ ਕਿੰਨਾ ਖੇਤਰਫਲ ਉਪਲਬਧ ਹੈ 4πr² ਫਾਰਮੂਲਾ ਲੱਗੂਗਾ ਇਹ ਪੂਰਾ ਆ हाँ जी पूरा गोलाया गोला आफीयर आ सो so, डायमीटर मीटर सैवन मीटर रेडियस कटदा सैवन ओवर टू मीटर तो एरिया खेत्र फल फोर पाई आर स्केयर सो so, फोर ट्वेंटी टू बाय सैवन इंटू सैवन ओवर टू इंटू सैवन ओवर टू एक सैवन कैंसल इतने दो ते दो चार कट्टे गए बाई सत् एक सौ चुरंजा ਮੀਟਰ ਸਕਰ ਇਹ ਅਨਸਰ ਆ ਜਾਊਗਾ ਆਪਣੇ ਕੋਲ ਹਾਂਜੀ じゃあ ਫਿਰ ਕਹਿੰਦਾ ਤਿੰਨ ਸਾਈਡ ਸਿੱਧੀਆਂ ਵਾਲੀ ਟ੍ਰਾਇੰਗਲ ਹੈ ਤੇ ਉਸ ਨੂੰ 12 ਸੈਂਟੀਮੀਟਰ ਜਿਹੜੀ ਸਾਈਡ ਹੈ ਉਸ ਦੇ ਦੁਆਲੇ ਰੋਟੇਟ ਕੀਤਾ ਤਾਂ ਜਿਹੜਾ ਥੋਸ ਬਣੇਗਾ ਇਹ ਇੱਕ ਕੋਨ ਬਣ ਜਾਏਗੀ ਕੋਨ ਯਾਨੀ ਕਿ ਸ਼ੰਕੂ ਉਸ ਦਾ ਆਇਤਨ ਯਾਨੀ ਕਿ ਵੋਲੀਅਮ ਪਤਾ ਲਗਾਣਾ ਹੈ ਆਹ ਆਰ ਹੋ ਜਾਏਗਾ ਆ ਐਲ ਹੋ ਜਾਏਗੀ ਆ ਐਚ ਹੋ ਜਾਏਗੀ वॉल्यूम यानी कि आयतन वन ओवर थ्री पाई आर h एच वन ओवर थ्री ट्वेंटी टू बाय सैवन आर आर हैगा फाइव इंटू फाइव इंटू एच है ट्वेल्व आ थ्री के टेबल्स ट्वेल्व कट देंगे चार से होर कोई कटिंग होंगी नहीं मल्टीप्लाई करते हैं पं पच्ची पच्ची चौका सौ यह आ गया बई सौ बटे सत्त सत्त इक्की 314. ਸਮਥਿੰਗ ਆ ਜਾਊਗਾ ਇਹਦਾ ਆਨਸਰ 7 21 ਆ ਗਿਆ 1 10 7 1 7 ਆ ਗਿਆ 3 30 7 4 28 ਆ ਗਿਆ 2 20 .72 14 6 8 7 56 ਇੰਨਾ ਆ ਜਾਊਗਾ ਐਨ ਐ ਸੈਂਟੀਮੀਟਰ ਸਕੁਅਰ ਆ ਸੋਰੀ ਐ ਇੰਨੇ ਸੈਂਟੀਮੀਟਰ ਕਯੂਬ ਹਾਂਜੀ ਅੱਗੇ 6 ਮਾਰਕਸ ਵਾਲੇ ਕੁਐਸਚਨਸ ਆ ਗਏ ਫੈਕਟਰਸ ਬਣਾਣੇ ਨੇ ਜਾਂ ਫਿਰ ਇਹਦਾ ਅੱਗੇ ਵੈਲਿਊ ਪਤਾ ਕਰਨੀ ਹੈ ਸੋ ਇਹਦੇ ਫੈਕਟਰ 12 1 12 6 4 3 12 ਸੋ 12x² 4x 3x 1 ਇਹਨਾਂ ਦੋਨਾਂ ਚ ਇਹਨੂੰ 4 3 ਲਿਖ ਸਕਦੇ ਹਾਂ 4 ਕਾਮਨ ਤੇ ਨਾਲ x ਵੀ ਤਾਂ ਕਾਮਨ ਕਰਨਾ ਸੀਗਾ ਤਾਂ ਅੰਦਰ 3x 4x ਪੂਰੇ ਹੀ ਬਾਹਰ ਚੱਲ ਗਿਆ ਉਹ ਜਗ੍ਹਾ 1 ਕਾ ਤੇ ਜਿਹੜਾ ਮਾਈਨਸ ਇਹਦਾ ਮਾਈਨਸ ਆਏਗਾ ਬਾਹਰ ਹੋਰ ਕੁਝ ਵੀ ਸਾਂਝਾ ਨਹੀਂ ਤਾਂ 1 ਤੇ ਅੰਦਲਿਆਂ ਦੇ ਸਾਈਨ ਚੇਂਜ ਹੋ ਜਾਂਦੇ ਆ ਫਿਰ ਸੋ 4x 1 ਤੇ 3x 1 ਇਹਦੇ ਬਣ ਗਏ ਫੈਕਟਰ ਇਹਦੇ ਨਾਲ ਆਹਾ ਇਹਦਾ ਮੂਲ ਪਤਾ ਕਰਨਾ ਹੈ ਆਹ ਵਾਲਾ ਕੁਐਸਚਨ ਇਹ ਤੇ a b ਤੇ a b ਦਾ ਫਾਰਮੂਲਾ ਲੱਗੂਗਾ a² b² ਸੋ 3 ਦਾ ਸਕੁਅਰ ਮਾਈਨਸ 2x ਦਾ ਸਕੁਅਰ so 9 2 ਦਾ ਸਕੁਅਰ 4 ਪਿੱਛੇ ਆ x ਦਾ ਸਕੁਅਰ ਇਹ ਅਨਸਰ ਆ ਜਾਏਗਾ ਆਪਣੇ ਕੋਲ ਹਾਂਜੀ ਇਹਦੇ ਨਾਲ ਜਾਂ ਦੇ ਵਿੱਚ ਜਾਂਚ ਕਰਨੀ ਹੈ ਕਿ ਇਹ ਦੇ ਬਰਾਬਰ ਹੁੰਦੇ ਤੇ ਇਹ ਦੇ ਬਰਾਬਰ ਮਲਟੀਪਲਾਈ ਕਰ ਦਿਓ ਪਹਿਲਾਂ x ਦੂਜੀ ਬ੍ਰੈਕਟ ਸਾਰੀ x² xy y² ਫਿਰ y ਦੂਜੀ ਬੈਕਟ ਸਾਰੀ x² xy y² so ਇਹਨੂੰ ਮਲਟੀਪਲਾਈ ਕਰਾਂਗੇ ਤਾਂ x ਦੀ ਪਾਵਰ 10 ਇਹਨੂੰ ਦੂਜੇ ਨਾਲ ਕਰਾਂਗੇ ਤਾਂ x ਦੀ ਪਾਵਰ 2 y ਪਲੱਸ ਇਹਨੂੰ ਤੀਜਾ ਕਰਾਂਗੇ ਤਾਂ xy² ਇਹਨੂੰ ਇਹਦੇ ਨਾਲ ਕਰਾਂਗੇ ਤਾਂ x²y ਇਹਨੂੰ ਇਹਦੇ ਨਾਲ ਕਰਾਂਗੇ ਤਾਂ xy ਦਾ ਸਕੁਅਰ ਇਹਨੂੰ ਇਹਦੇ ਨਾਲ ਕਰਾਂਗੇ ਤਾਂ +y³ ਸੋ ਇਸ ਤੋਂ ਬਾਅਦ ਆਪਣੇ ਕੋਲ x²y ਮਾਈਨਸ ਦਾ ਪਲੱਸ ਦਾ ਕੱਟੇ ਗਏ xy² ਪਲੱਸ ਦਾ ਮਾਈਨਸ ਦਾ ਕੱਟੇ ਗਏ ਇਹ ਬਚ ਗਿਆ x³ y³ ਤੇ ਇਹੀ ਲਿਆਣਾ ਸੀ ਆਪਾਂ ਇਸ ਤੋਂ ਬਾਅਦ ਦਾ ਸੈਕੰਡ ਪਾਰਟ ਉਸ ਚ ਵੀ ਐਵੇਂ ਹੀ ਹੋਣਾ ਬਿਲਕੁਲ x ਨੂੰ ਇਹਦੇ ਨਾਲ ਮਲਟੀਪਲਾਈ ਕਰਾਂਗੇ ਤਾਂ x ਦਾ ਕਯੂਬ ਫਿਰ x ਨੂੰ ਦੂਜੇ ਨਾਲ ਮਲਟੀਪਲਾਈ ਕਰਾਂਗੇ ਤਾਂ x²y ਫਿਰ ਇਹਨੂੰ ਤੀਜੇ ਨਾਲ ਕਰਾਂਗੇ ਤਾਂ xy² ਫਿਰ ਮਾਈਨਸ ਕਿਉਂਕਿ ਇਸ ਵਾਰ ਸਾਈਨ ਮਾਈਨਸ ਦਾ ਬਸ ਇਹ ਤੇ ਰੱਖਣਾ x²y ਫਿਰ ਆ ਮਾਈਨਸ ਦਾ xy² ਫਿਰ ਮਾਈਨਸ ਦਾ y³ ਤੇ ਇਹਦੇ ਵਿੱਚ ਹੁਣ x²y ਦਾ 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 ਕੱਟੇ ਗਏ x³ y³ ਰਹਿ ਗਿਆ। ਇਹੀ ਕਰਨਾ ਸੀ ਸਿੱਧ। ਸੋ ਇਸ ਤਰ੍ਹਾਂ ਇਹ ਹੋ ਗਿਆ ਆਪਣੇ ਕੋਲ ਪਹਿਲਾ ਕੁਐਸਚਨ ਕੰਪਲੀਟ। ਹਾਂਜੀ 15 ਤੇ ਆ ਜੀਏ। ਇਹ ਕੁਐਸਚਨ ਪਹਿਲਾਂ ਆਪਾਂ 올ਰੀਡੀ ਕਰ ਚੁੱਕੇ ਹਾਂ ਸੋ ਇਹਨੂੰ ਨਹੀਂ ਕਰਾਂਗੇ। ਇਸ ਕੁਐਸਚਨ ਨੂੰ ਕਰ ਲੈਣੇ ਆਂ ਜਾਂ ਵਾਲੇ ਤੋਂ। ਅਸਮਾਨਤਾ ਦਿੱਤੀਆਂ ਹੋਈਆਂ ਨੇ। ਮੇਰੇ ਘਰਸ਼ੇ ਦੇ ਵੀ ਕੀਤਾ ਹੋਵੇ। ਚਲੋ ਐਨੀਹੋ ਜੀਈਡੀ ਐਂਗਲ ਹੈ ਜਿਹੜਾ ਜੀਈਡੀ ਆ ਸਾਰਾ ਐਂਗਲ 126 ਡਿਗਰੀ ਹੈ। ए जी ई पता लगाना पहला समांतर ने तो एंगल ए जी ई है जेड़ा ओ आ हो एक सौ छब्बी के बराबर हो जाएगा येड़े कौन हो गए देखो आ जैड बनता पे एकांतर कौन एकांतर कौन या एकांतर अंदर ले कौन ओल्टरनेट इंटीरियर एंगलस सो पहला आंसर आ गया अपने को फिर जी ई एफ जी ई एफ आ पता करना आ एक सौ छब्बी चु आ नाइनटी घटा देंगे एंगल जी ई e एफ बराबर एक सौ छब्बी डिग्री माइनस नब्बे डिग्री तो आ जाएगा छत्ती डिग्री दूजा आंसर फिर आ गया अपने कोफ जी ई एफ जी ई आ एंगल पता करना आप ए जी ई तो एफ जी ई एंगल एफ जी ई प्लस एंगल ए जी ई दोनों एक सीधी रेखा स्थित ने तो इन सामा वन एटी डिग्री स्ट्रेट एंगल या लीनियर पेयर भी लिख सकते हो लीनियर पेयर रेखी जोड़ा तो एंगल एफ जी ई प्लस ए जी ई एंगल है वन ट्वेंटी सिक्स डिग्री इक्वल टू वन एटी डिग्री एंगल एफ जी ई बराबर एक सौ अस्सी डिग्री माइनस एक सौ 26 ਡਿਗਰੀ ਇਹ ਹੋ ਗਿਆ 54 ਡਿਗਰੀ ਆਪਣੇ ਕੋਲ F G E ਸੋ ਇਹ ਆ ਗਿਆ ਆਪਣੇ ਕੋਲ 54 ਡਿਗਰੀ ਇਹ ਆ ਗਿਆ ਆਨਸਰ ਤੀਜਾ ਆਪਣੇ ਕੋਲ ਅੱਗੇ ਹਾਂਜੀ ਜੀਵਨ ਲੈਂਪਾਂ ਵਾਲਾ ਜੀਵਨ ਕਾਲ ਵਾਲਾ ਨਿਓਨ ਲੈਂਪਾਂ ਦੇ ਇਹ ਕੁਐਸਚਨ ਇਹਦਾ ਫਿਕ ਬਣਾਣਾ ਤੁਸੀਂ ਆਇਤ ਚਿੱਤਰ ਹਿਸਟੋਗ੍ਰam इजी ਹੋਈ ਹੈ ਜੀ ਇਹ ਤੁਸੀਂ इजीली ਬਣਾ ਸਕਦੇ ਹੋ ਆਪਾਂ ਪਹਿਲਾਂ ਡਿਸਕਸ ਕੀਤੇ ਹੋਏ ਨੇ ਇਹ ਇਸ ਤੋਂ ਬਾਅਦ ਇੱਕ ਬਾਰੰਬਾਰਤਾ ਬਹੁਪੁਜਜ ਇਹ ਵੀ ਆਪਾਂ ਡਿਸਕਸ ਕੀਤਾ ਹੋਇਆ ਕੁਐਸਚਨ ਸੋ ਇਹ ਤੁਸੀਂ ਕਰ ਸਕਦੇ ਹੋ ਪਿਛਲੇ ਸੈਂਪਲ ਪੇਪਰਸ ਦੇ ਵਿੱਚੋਂ ਕਿ ਕਿਵੇਂ ਬਾਰੰਬਾਰਤਾ ਬਹੁਪੁਜਜ ਦੇ ਜਿਹੜਾ ਹੈ ਆਇ ਚਿੱਤਰ ਬਣਾਇਦਾ ਹੈ ਸੋ ਇਹ ਸੀਜੀ 9th ਕਲਾਸ ਦੇ ਸਟੂਡੈਂਟਸ ਦੇ ਲਈ 3rd ਸੈਂਪਲ ਪੇਪਰ ਦਾ ਸੋਲੂਸ਼ਨ ਉਹਨਾਂ ਦੇ ਮੈਥ ਦੇ ਪੇਪਰ ਦੇ ਲਈ ਮੇਰੇ ਵੱਲੋਂ ਬੈਸਟ ਵਿਸ਼ੇਸ਼ ਨੇ ਬਈ ਵਧੀਆ ਤਿਆਰੀ ਕਰਨਾ ਵਧੀਆ ਮਾਰਕਸ ਲੈਣੇ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਤੇ ਕਮੈਂਟ ਤੇ ਸ਼ੇਅਰ ਵੀ ਕਰ ਦੇਣਾ ਵੀਡੀਓ ਨੂੰ ਹਾਂਜੀ ਇਹ ਸੈਂਪਲ ਪੇਪਰਸ ਨਾਲ ਹੀ ਆਪਣੀ ਪੂਰੀ ਤਿਆਰੀ ਕਰਕੇ ਜਾਣਾ ਮੇਰੇ ਵੱਲੋਂ ਫੇਰ ਦੁਬਾਰਾ ਤੋਂ ਇੱਕ ਵਾਰ ਬੈਸਟ ਵਿਸ਼ੇਸ